ਦੋਸਤੋ, ਇਹ ਦੁਨੀਆ ਨਾ ਰੱਬ ਨੇ ਬਣਾਈ ਆ ਤੇ ਨਾ ਹੀ ਅਸੀਂ ਤੁਸੀਂ ਬਣਾਈ ਆ। ਇਹ ਤਾਂ ਸਾਡੇ ਬਾਪ ਦੇ ਬਾਪ ਤੋਂ ਵੀ ਬਹੁਤ ਪਹਿਲਾਂ ਹੀ ਆਪਣੇ ਆਪ ਹੀ ਬਣੀ ਹੋਈ ਆ। ਅਸੀਂ ਤਾਂ ਇਹਦੇ ਵਿੱਚ ਥੋੜ੍ਹਾ ਜਿਹਾ ਵਾਧਾ ਜਾਂ ਘਾਟਾ ਕਰ ਸਕਦੇ ਹਾਂ। ਇਹ ਹਰ ਸਮੇਂ ਬਦਲਦੀ ਰਹਿੰਦੀ ਆ, ਕਿਉਂਕਿ ਪਰਿਵਰਤਨ ਕੁਦਰਤ ਦਾ ਨਿਯਮ ਆ। ਇਸ ਨੂੰ ਅਸੀਂ ਇਕੱਲੇ ਤਾਂ ਇੱਕ ਹੱਦ ਤੀਕ ਹੀ ਤਬਦੀਲ ਕਰ ਸਕਦੇ ਹਾਂ, ਸਾਰੇ ਰਲ ਕੇ ਕਾਫੀ ਕੁਝ ਬਦਲ ਸਕਦੇ ਹਾਂ। ਇਹ ਸਾਰੀ ਬਦਲਣ ਦੀ ਨਾ ਲੋੜ ਆ ਨਾ ਹੀ ਅਜੇ ਸੰਭਵ ਆ। ਲੀਵਰ ਦੀ ਕਾਢ ਕੱਢਣ ਵਾਲੇ ਨੇ ਨਾ ਇੱਕ ਵਾਰ ਆਖਿਆ ਸੀ ਕਿ ਮੈਨੂੰ ਇੱਕ ਵੱਡਾ ਸਾਰਾ ਲੀਵਰ ਦੇ ਦਿਓ ਤੇ ਇੱਕ ਟੇਕ ਰੱਖਣ ਲਈ ਸਥਾਨ ਦੇ ਦੇਵੋ, ਮੈਂ ਤਾਂ ਧਰਤੀ ਤੱਕ ਦੇਵਾਂਗਾ। ਇਹੀ ਜਜ਼ਬਾ ਅੰਬਰ ਵਿੱਚ ਅਡਾਰੀਆਂ ਲਗਵਾਉਂਦਾ ਤੇ ਪਰਬਤਾਂ ਦਾ ਸੀਨਾ ਚਾਕ ਕਰਦਾ ਅਤੇ ਅਸੰਭਵ ਨੂੰ ਆੜਾ ਕੱਟ ਕੇ ਸੰਭਵ ਬਣਾਉਂਦਾ। ਸਿਕੰਦਰਾਂ ਨੂੰ ਧਰਤੀ ਗਹੁਣ ਤੋਰਦਾ, ਨੈਪੋਲੀਅਨਾਂ ਨੂੰ ਜਨਮ ਦਿੰਦਾ, ਚਿੜੀਆਂ ਤੋਂ ਬਾਜ ਤੜਾਉਂਦਾ। ਕੁਦਰਤ ਵਿਰਾਟ ਹੈ ਤੇ ਉਸਦੇ ਆਪਣੇ ਨਿਯਮ ਹਨ, ਉਹ ਬਦਲ ਨਹੀਂ ਸਕਦੇ, ਪਰ ਉਸ ਨੂੰ ਸਮਝ ਕੇ ਜ਼ਿੰਦਗੀ ਸੌਖੀ ਕੀਤੀ ਜਾ ਸਕਦੀ ਹੈ। ਸਮਾਜ ਦੇ ਆਪਣੇ ਨਿਯਮ ਹਨ, ਉਹ ਕੁਦਰਤੀ ਨਹੀਂ ਤੇ ਬਦਲੇ ਵੀ ਜਾ ਸਕਦੇ ਆ, ਪਰ ਇਹ ਵੀ ਇੰਨੇ ਸੌਖੇ ਨਹੀਂ ਬਦਲੇ ਜਾਂਦੇ। ਇਹ ਵੀ ਹੋ ਸਕਦਾ ਕਿ ਸਾਰੇ ਜਾਂ ਉਹਨਾਂ 'ਚ ਕੁਝ ਤੁਹਾਨੂੰ ਪਸੰਦ ਨਾ ਹੋਣ ਅਤੇ ਤੁਹਾਨੂੰ ਸਿਖਾਉਂਦੇ ਨਾ ਹੋਣ, ਪਰ ਇਕੱਲੇ ਵਿਅਕਤੀ ਨਾਲੋਂ ਬਾਕੀ ਸਾਰਿਆਂ ਦੀ ਮਰਜ਼ੀ ਦੀ ਵੀ ਕੋਈ ਮਰਜ਼ੀ ਆ। ਸੋ ਵਸਤਾਂ ਅਤੇ ਵਰਤਾਰੇ ਕਿਵੇਂ ਚੱਲਦੇ ਹਨ, ਜੇ ਉਹਨਾਂ ਨੂੰ ਉਵੇਂ ਪ੍ਰਵਾਨ ਕਰੋ ਤੇ ਜਾਂ ਫਿਰ ਆਪਣੀ ਹਿੰਮਤ ਨਾਲ ਬਦਲ ਦਿਓ। ਜੇ ਬਦਲ ਨਹੀਂ ਨਾ ਸਕਦੇ ਤਾਂ ਘੱਟੋ ਘੱਟ ਜਿੱਦ ਨਾ ਕਰੋ, ਖਿਜੋ ਨਾ, ਕੁੜਦੇ ਨਾ ਰਹੋ, ਪਾਣੀ ਦੇ ਵਹਾਅ ਨਾਲ ਵਹਿ ਕੇ ਦੇਖ ਲਵੋ। ਉਸ ਨਿਹੰਗ ਸਿੰਘ ਨੂੰ ਯਾਦ ਕਰੋ ਜੋ ਸਾਈਕਲ ਤੇ ਪੂਰਬ ਵੱਲ ਜਾ ਰਿਹਾ ਸੀ, ਅਚਾਨਕ ਹੀ ਵਾਪਸ ਪੱਛਮ ਵੱਲ ਮੁੜ ਪਿਆ। ਜਿਹੜੇ ਉਹਨੂੰ ਦੇਖ ਰਹੇ ਸੀ ਉਹਨਾਂ ਵਿੱਚੋਂ ਇੱਕ ਨੇ ਪੁੱਛਿਆ, ਪਹਿਲਾਂ ਪੂਰਬ ਵੱਲ ਚੱਲੇ ਸੀ, ਹੁਣ ਪੱਛਮ ਵੱਲ ਜਾ ਰਹੇ ਹਾਂ, ਕੋਈ ਖਾਸ ਕੰਮ ਯਾਦ ਆ ਗਿਆ? ਨਿਹੰਗ ਸਿੰਘ ਗੜਕੇ ਨਾ ਕਹਿਣ ਲੱਗਿਆ, ਆਪਾਂ ਨੂੰ ਕੰਮ ਕਿਹੜਾ ਹੋਣਾ ਹੈ, ਸੈਲ ਨੂੰ ਨਿਕਲੇ ਸੀ, ਅੱਗੋਂ ਪੂਰਾ ਚੱਲਦਾ ਸੀ, ਦਾੜਾ ਮੂੰਹ ਵਿੱਚ ਪੈਂਦਾ ਸੀ, ਸਾਈਕਲ ਤੇ ਜ਼ੋਰ ਲੱਗਦਾ ਸੀ, ਆਪਾਂ ਦਿਸ਼ਾ ਬਦਲ ਲਈ, ਜਦੋਂ ਪੱਛੋਂ ਚੱਲੀ ਤਾਂ ਉੱਧਰ ਨੂੰ ਚੱਲ ਪਵਾਂਗੇ। ਬੁਰਾ ਲੱਗਦਾ ਹੈ ਵਕਤ ਦੇ ਸਾਂਚੇ ਵਿੱਚ ਢਲਣਾ, ਜੇ ਬਈ ਨਹੀਂ ਢਲਣਾ ਤਾਂ ਫਿਰ ਸਾਂਚਾ ਬਦਲ ਦਿਓ। ਦੋਹਾਂ 'ਚੋਂ ਇੱਕ ਗੱਲ ਹੋ ਸਕਦੀ ਆ ਕਿ ਜਾਂ ਤਾਂ ਤੁਸੀਂ ਇਹ ਢਾਂਚਾ ਬਦਲ ਦਿਓ ਤੇ ਜਾਂ ਫਿਰ ਢਾਂਚੇ ਦੇ ਸਾਂਚੇ ਵਿੱਚ ਢਲ ਜਾਓ। ਬਹੁਤ ਵਾਰ ਅਸੀਂ ਬਹੁਤ ਦੁਖੀ ਹੁੰਦੇ ਹਾਂ, ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਦੁੱਖ ਸਭ ਤੋਂ ਵੱਡਾ ਮਿੱਤਰ ਹੈ। ਹਰ ਕੋਈ ਸੁੱਖ ਪਿੱਛੇ ਭੱਜਦਾ ਹੈ, ਸੁੱਖਾਂ ਨੂੰ ਫੜਨ ਦੀ ਕੋਸ਼ਿਸ਼ ਵਿੱਚ ਕਈ ਵਾਰ ਦੁੱਖ ਖੱਟ ਲੈਂਦਾ ਹੈ। ਦੁੱਖ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ, ਆਪੇ ਹੱਟੀ ਤੋਂ ਪੀੜ ਕੌਣ ਲੈਣ ਜਾਂਦਾ? ਸਰਦੀ ਵਿੱਚ ਠੰਡ ਸਭ ਨੂੰ ਸਤਾਉਂਦੀ ਹੈ ਤੇ ਗਰਮੀ ਵਿੱਚ ਪਸੀਨਾ ਭਾਈ ਕਿਸ ਨੂੰ ਤੰਗ ਨਹੀਂ ਕਰਦਾ, ਸਭ ਨੂੰ ਤੰਗ ਕਰਦਾ। ਜਿਸ ਦੇ ਢਿੱਡ ਲੱਗਿਆ ਉਸ ਨੂੰ ਭੁੱਖ ਵੀ ਲੱਗਦੀ ਹੈ ਤੇ ਭੁੱਖ ਤੋਂ ਵੱਡਾ ਕੋਈ ਦੁੱਖ ਨਹੀਂ।
ਪਰ ਇਹਨੇ ਸਾਰੇ ਦੁੱਖਾਂ ਤੋਂ ਉੱਤੇ ਆ ਮੌਤ ਦਾ ਦੁੱਖ। ਕੀ ਕੋਈ ਘਰ ਹੈ ਕਿ ਜਿਸ ਘਰ ਮੌਤ ਨਾ ਹੋਈ ਹੋਵੇ? ਜੇ ਨਾ ਹੋਈ ਹੁੰਦੀ ਤਾਂ ਮਹਾਤਮਾ ਬੁੱਧ ਨਾਲ ਕਹਾਣੀ ਨਹੀਂ ਜੁੜਨੀ ਸੀ। ਜਿਸ ਵਿੱਚ ਇੱਕ ਔਰਤ ਆ ਕੇ ਰੋਣ ਲੱਗਦੀ ਆ ਕਿ ਤੁਸੀਂ ਤਾਂ ਪਹੁੰਚੇ ਹੋਏ ਸਾਧੂ ਹੋ, ਮੇਰੇ ਮੋਏ ਪੁੱਤਰ ਨੂੰ ਜੀਵਿਤ ਕਰ ਦਿਓ। ਤਾਂ ਬੁੱਧ ਨੇ ਆਖਿਆ, ਅਵਸ਼ ਕਰਾਂਗੇ, ਪਰ ਤੂੰ ਕਿਸੇ ਅਜਿਹੇ ਘਰੋਂ ਭਿੱਖਿਆ ਲੈ ਕੇ ਆ ਜਿਸ ਘਰ ਕਦੇ ਮੌਤ ਨਾ ਹੋਈ ਹੋਵੇ। ਔਰਤ ਸ਼ਾਮ ਤੱਕ ਭਟਕਦੀ ਰਹੀ, ਅਜਿਹਾ ਕੋਈ ਘਰ ਨਾ ਮਿਲਿਆ। ਤਾਂ ਔਰਤ ਨੂੰ ਗਿਆਨ ਹੋ ਗਿਆ, ਦੁੱਖ ਉਵੇਂ ਹੀ ਆ ਜਿਵੇਂ ਚਾਨਣ ਨਾਲ ਹਨੇਰਾ, ਜਿਵੇਂ ਗਰਮੀ ਨਾਲ ਸਰਦੀ, ਪਰ ਦੁੱਖ ਵੀ ਜਿੰਦਾ ਨੂੰ ਹੀ ਆ, ਜਿਉਂਦਿਆਂ ਨੂੰ ਹੀ ਆ। ਨਿਰਜਿੰਦ ਪੱਥਰਾਂ ਨੂੰ ਕੋਈ ਦੁੱਖ ਨਹੀਂ ਹੁੰਦਾ, ਦੁੱਖ ਮਹਿਸੂਸ ਹੀ ਜਿਉਂਦੇ ਜੀ ਨੂੰ ਹੁੰਦਾ। ਮੁਰਦਿਆਂ ਨੂੰ ਤਾਂ ਅੱਗ ਦਾ ਸੇਕ ਵੀ ਕੁਝ ਨਹੀਂ ਕਹਿੰਦਾ, ਜੇ ਕਹਿੰਦਾ ਹੁੰਦਾ ਤਾਂ ਲੱਕੜਾਂ ਵਿੱਚ ਚਿਣੇ ਅੱਗ ਲਗਾਉਣ ਤੇ ਭੱਜ ਨਾ ਪੈਂਦੇ। ਦੁੱਖ ਤਾਂ ਜਿਉਂਦੇ ਹੋਣ ਦੀ ਨਿਸ਼ਾਨੀ ਆ, ਦੁੱਖ ਤਾਂ ਕੁਝ ਵੀ ਨਹੀਂ, ਬਸ ਤੁਹਾਨੂੰ ਮੌਤ ਦੇ ਰਾਹ ਤੋਂ ਰੋਕਣ ਲਈ ਕੁਦਰਤ ਵੱਲੋਂ ਲਗਾਈਆਂ ਵਾੜ ਨੁਮਾ ਨਿਸ਼ਾਨੀਆਂ ਹਨ। ਸ਼ਾਇਦ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਮੈਂ ਤੁਹਾਡੇ ਨਾਲ ਮਜ਼ਾਕ ਕਰ ਰਿਹਾ, ਅਸਲ ਗੱਲ ਤਾਂ ਇਹ ਹੈ ਕਿ ਮੈਂ ਬੜਾ ਗੰਭੀਰ ਹੋ ਕੇ ਇਹ ਗੱਲ ਕਹਿ ਰਿਹਾ ਕਿ ਇਹ ਸਨਦ ਰਹੇ ਕਿ ਦੁੱਖ ਨਾ ਕੇਵਲ ਜਿਉਂਦੇ ਰਹਿਣ ਦੀ ਨਿਸ਼ਾਨੀ ਆ, ਸਗੋਂ ਮੀਲ ਪੱਥਰ ਆ ਕਿ ਤੁਸੀਂ ਆਪਣੇ ਜੀਵਨ ਮਾਰਗ ਤੇ ਠੀਕ ਚੱਲ ਰਹੇ। ਇਹ ਦੁੱਖ ਹੀ ਆ ਜੋ ਢੰਗ ਦੀ ਜ਼ਿੰਦਗੀ ਜਿਉਣ ਲਈ ਸਬਕ ਸਿਖਾਉਂਦੇ ਹਨ। ਦੁੱਖ ਇੱਕ ਚੰਗੇ ਉਸਤਾਦ ਵਾਂਗ ਆ ਜੋ ਸਹੀ ਕੰਮ ਨਾ ਕਰਨ ਤੇ ਕੇਵਲ ਝਿੜਕਾ ਹੀ ਨਹੀਂ ਮਾਰਦਾ, ਸਗੋਂ ਕਈ ਵਾਰ ਤਾਂ ਛਟੀਆਂ ਵੀ ਮਾਰਦਾ ਹੈ। ਜ਼ਰਾ ਸੋਚੋ, ਹੱਥ ਜਲਣ ਨਾਲ ਦਰਦ ਹੁੰਦਾ, ਦੁੱਖ ਹੁੰਦਾ, ਤੱਤੇ ਤਵੇ ਤੇ ਪੋਟੇ ਲੱਗਣ ਨਾਲ ਪੋਟੇ ਸੜ ਜਾਂਦੇ ਆ, ਚਿਲੂ ਚਿਲੂ ਕਰਦੇ ਆ, ਅਸਹਿ ਦਰਦ ਹੁੰਦਾ। ਪਰ ਹੁੰਦਾ ਕੀ ਹੈ ਕਿ ਅਸੀਂ ਤੁਰੰਤ ਹੱਥ ਪਿੱਛੇ ਖਿੱਚ ਲੈਂਦੇ ਹਾਂ। ਜੇ ਜਲਣ ਨਾਲ ਦਰਦ ਹੀ ਨਾ ਹੋਵੇ ਤਾਂ ਬੈਠੇ ਬੈਠੇ ਅਣਜਾਣੇ ਹੀ ਸੜ ਜਾਈਏ। ਕਲਪਨਾ ਕਰਨੀ ਹੈ ਕਰ ਲਵੋ, ਨਹੀਂ ਕਰਨੀ ਨਾ ਕਰੋ। ਆਗੇ ਨਹੀਂ, ਬਰਫ਼ ਦੀ ਠਾਰ ਵੀ ਸਾਨੂੰ ਦੁੱਖ ਦਿੰਦੀ ਹੈ, ਪਰ ਜੇ ਦੁੱਖ ਨਾ ਹੋਵੇ ਤਾਂ ਖੇਡਦੇ ਖੇਡਦੇ ਬਰਫ਼ ਵਿੱਚ ਦੱਬ ਕੇ ਹੀ ਮਰ ਜਾਈਏ। ਸੋ ਗਰਮੀ ਸਰਦੀ ਦਾ ਦੁੱਖ ਵੱਡਾ ਹੈ, ਪਰ ਜੇ ਦੁੱਖ ਨਾ ਹੋਵੇ ਤਾਂ ਅਸੀਂ ਅਣਜਾਣੇ ਹੀ ਕਦੇ ਅੱਗ ਵਿੱਚ ਸੜ ਮੋਈਏ ਤੇ ਕਦੇ ਬਰਫ਼ ਵਿੱਚ ਦੱਬ ਜਾਈਏ। ਦੁੱਖ ਦਾ ਅਨੁਭਵ ਹੀ ਉਹ ਰੋਇਲ ਇੰਜਣ ਹੈ ਜਿਹੜਾ ਸਾਡੀ ਜ਼ਿੰਦਗੀ ਦੀ ਪਟੜੀ ਤੇ ਜਿਉਂਦੇ ਜਾਗਦੇ ਸਰੀਰ ਨੂੰ ਧੂਈ ਫਿਰਦਾ। ਦੁੱਖ ਦੇ ਇੰਜਣ ਵਿੱਚ ਮਿਹਨਤ ਦੇ ਪਸੀਨੇ ਦਾ ਤੇਲ ਪੈਂਦਾ ਹੈ, ਹੱਡਾਂ ਦਾ ਬਾਲਣ ਬਾਲਣਾ ਪੈਂਦਾ ਹੈ, ਮਨ ਦੀ ਭਾਫ਼ ਬਣਦੀ ਹੈ, ਪਰ ਇਸ ਨਾਲ ਹੀ ਜ਼ਿੰਦਗੀ ਦੀ ਗੱਡੀ ਅੱਗੇ ਤੁਰਦੀ ਹੈ। ਇਸ ਨਾਲ ਹੀ ਜ਼ਿੰਦਗੀ ਦੀ ਗੱਡੀ ਸੁੱਖ ਦੀ ਮੰਜ਼ਿਲ ਵੱਲ ਦੌੜਦੀ ਹੈ। ਜਿਸ ਨੂੰ ਦੁੱਖ ਮਹਿਸੂਸ ਹੀ ਨਹੀਂ ਹੁੰਦਾ, ਇਸ ਬਿਮਾਰੀ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਸਿਪ ਯਾਨੀ ਕੈਨਜੈਨੀਟੀਅਲ ਇਨਸੈਂਸਿਟੀਵਿਟੀ ਟੂ ਪੇਨ ਆਖਿਆ ਜਾਂਦਾ ਹੈ। ਅਸਲ ਗੱਲ ਤਾਂ ਇਹ ਕਿ ਦੁੱਖ ਦਾ ਅਨੁਭਵ ਨਾ ਸਿਰਫ ਤੁਹਾਨੂੰ ਮੌਤ ਤੋਂ ਹੀ ਬਚਾਉਂਦਾ ਹੈ, ਸਗੋਂ ਭਵਿੱਖ ਵਿੱਚ ਦੁੱਖ ਤੋਂ ਬਚਣ ਦੇ ਰਸਤੇ ਵੀ ਸਜਾਉਂਦਾ ਹੈ। ਜੇ ਦੁੱਖ ਦਾ ਅਹਿਸਾਸ ਹੀ ਨਾ ਹੋਵੇ ਤਾਂ ਅੱਗ ਵਿੱਚ ਸੜ ਮਰੋਗੇ, ਤੁਸੀਂ ਸਾੜ ਦੇ ਦੁੱਖ ਕਾਰਨ ਹੀ ਅੱਗ ਤੋਂ ਪਿੱਛੇ ਹਟ ਜਾਂਦੇ ਹੋ। ਇੰਨਾ ਹੀ ਨਹੀਂ,
ਭਵਿੱਖ ਵਿੱਚ ਮੱਚਦੀ ਅੱਗ ਵੇਖ ਕੇ ਪਹਿਲੇ ਦੁੱਖ ਦੀ ਯਾਦ ਨਾਲ ਹੀ ਦੂਰ ਹੋ ਜਾਂਦੇ ਹੋ। ਲੋਕ ਵੇਦ ਵਿੱਚ ਆਉਂਦਾ ਕਿ ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕਾਂ ਮਾਰ ਮਾਰ ਪੀਂਦਾ, ਬਚਾਓ ਚੀ ਬਚਾਓ ਆ। ਜਿਸ ਨੇ ਕਦੇ ਇੱਕ ਵਾਰ ਹੱਥ ਛੱਡ ਸਾਈਕਲ ਚਲਾਉਂਦਿਆਂ ਗੋਡੇ ਗਿੱਟੇ ਤੜਵਾਏ ਹੋਣ, ਉਹ ਦੂਜੀ ਵਾਰ ਨਾ ਹੱਥ ਛੱਡਦਿਆਂ 100 ਵਾਰ ਸੋਚਦਾ। ਕਈ ਸੱਜਣ ਤਾਂ ਇੱਕੋ ਹਾਦਸੇ ਤੋਂ ਬਾਅਦ ਗੱਡੀ ਚਲਾਉਣ ਤੋਂ ਤੋਬਾ ਕਰ ਲੈਂਦੇ ਆ। ਸੋ ਦੁੱਖ ਅਜਿਹਾ ਅਧਿਆਪਕ ਆ ਜੋ ਸੁੱਖ ਦਾ ਪਾਠ ਪੜ੍ਹਾਉਂਦਾ ਹੈ। ਹੈਰਾਨੀ ਦੀ ਗੱਲ ਆ ਕਿ ਨਾ ਸੁੱਖ ਕੋਈ ਮੰਜ਼ਿਲ ਨਹੀਂ, ਸਗੋਂ ਨਿਰੰਤਰ ਦੁੱਖ ਤੋਂ ਦੂਰ ਜਾਣ ਦਾ ਮਾਰਗ ਆ। ਕਿਤੇ ਵੀ ਕੋਈ ਮੰਜ਼ਿਲ ਨਹੀਂ, ਮੰਜ਼ਿਲ ਤਾਂ ਜ਼ਿੰਦਗੀ ਹੈ। ਹੈਰਾਨੀ ਦੀ ਗੱਲ ਆ ਕਿ ਜਿਹੜਾ ਸੁੱਖ ਹਾਸਲ ਹੋ ਜਾਵੇ ਉਸ ਦਾ ਖੁੱਸਣਾ ਵੀ ਦੁੱਖ ਆ, ਉਸ ਸੁੱਖ ਤੇ ਖੜੇ ਰਹਿਣਾ ਵੀ ਦੁੱਖ ਬਣ ਜਾਂਦਾ। ਜਿਹੜੇ ਪੈਦਲ ਕਈ ਕਿਲੋਮੀਟਰ ਚੱਲ ਕੇ ਸਕੂਲ ਜਾਂਦੇ ਸਨ ਉਹਨਾਂ ਨੂੰ ਲੱਗਦਾ ਕਿ ਕਾਸ਼ ਸਾਡੇ ਕੋਲ ਸਾਈਕਲ ਹੁੰਦਾ, ਪਰ ਜਿਨ੍ਹਾਂ ਕੋਲ ਸਾਈਕਲ ਹੁੰਦਾ ਹੈ ਉਹ ਸੋਚਦੇ ਆ ਕਿ ਟੌਰ ਤਾਂ ਮੋਟਰਸਾਈਕਲ ਵਾਲੇ ਦੀ ਆ, ਬਿਨਾਂ ਜ਼ੋਰ ਲਾਏ ਮਿੰਟਾਂ ਸਕਿੰਟਾਂ ਵਿੱਚ ਆ ਜਾਂਦਾ। ਪਰ ਜਿਨ੍ਹਾਂ ਕੋਲ ਮੋਟਰਸਾਈਕਲ ਹੁੰਦਾ ਉਹਨਾਂ ਨੂੰ ਲੱਗਦਾ ਕਿ ਮੋਟਰਸਾਈਕਲ 'ਤੇ ਤਾਂ ਕੱਪੜਿਆਂ 'ਤੇ ਧੂੜ ਪੈਂਦੀ ਆ, ਸਕੂਟਰ ਮੋਟਰਸਾਈਕਲ ਤਾਂ ਗਰੀਬੀ ਦਾਵਾ, ਜੇ ਕਾਰ ਹੋਵੇ ਤਾਂ ਨਜ਼ਾਰਾ ਹੀ ਵੱਖਰਾ। ਇਹ ਭਟਕਣ ਕਦੇ ਨਹੀਂ ਖਤਮ ਹੁੰਦੀ, ਸ਼ਾਇਦ ਹੋਣੀ ਵੀ ਨਹੀਂ ਚਾਹੀਦੀ, ਕਿਉਂਕਿ ਖੜੂਤ ਦਾ ਨਾਮ ਮੌਤ ਹੈ। ਜੋ ਕਦੇ ਸੁੱਖ ਲੱਗਦਾ ਸੀ ਉਹ ਦੂਸਰੇ ਵਧੇਰੇ ਸੁਖੀਆਂ ਦੀ ਤੁਲਨਾ ਵਿੱਚ ਦੁੱਖ ਲੱਗਣ ਲੱਗ ਪੈਂਦਾ। ਇਹ ਚੱਕਰ ਸਿੱਧਾ ਚੱਲੇ ਤਾਂ ਸੁਚੱਕਰ ਹੈ, ਪੁੱਠਾ ਚੱਲੇ ਤਾਂ ਕੁਚੱਕਰ ਹੈ। ਕਈ ਗਿਆਨਵਾਨ ਇਸੇ ਲਈ ਮਨੁੱਖ ਨੂੰ ਡਿਜ਼ਾਇਰਿੰਗ ਮਸ਼ੀਨ ਕਹਿੰਦੇ ਆ, ਭਾਵ ਕਾਮਨਾਵਾਂ ਦਾ ਪੁਤਲਾ, ਜਿਹੜੀ ਹਰ ਵੇਲੇ ਕੁਝ ਨਾ ਕੁਝ ਮੰਗਦੀ ਰਹਿੰਦੀ ਹੈ। ਅਕਸਰ ਸਮਝੌਤੀਆਂ ਦੇਣ ਲਈ ਟਾਲਸਟਾਏ ਵਰਗੇ ਪੈਗੰਬਰੀ ਲੇਖਕਾਂ ਦੀਆਂ ਕਹਾਣੀਆਂ ਦੱਸੀਆਂ ਜਾਂਦੀਆਂ ਕਿ ਆਖਿਰ ਮਨੁੱਖ ਨੂੰ ਕਿੰਨੀ ਕੁ ਜ਼ਮੀਨ ਚਾਹੀਦੀ ਹੈ। ਬਿਨਾਂ ਸ਼ੱਕ ਕਹਾਣੀ ਦਾ ਨਿਰਣਾ ਤਾਂ 3.5 ਹੱਥ ਧਰਤੀ 'ਤੇ ਹੁੰਦਾ, ਪਰ ਚਾਹਤ ਤਾਂ ਜਿਉਂਦੇ ਮਨੁੱਖ ਦੀ ਆ। ਮੁਰਦਿਆਂ ਨੂੰ ਤਾਂ ਕੋਈ ਲੋੜ ਵੀ ਨਹੀਂ ਹੁੰਦੀ, ਮੁਰਦਿਆਂ ਨੂੰ ਦੁੱਖ ਵੀ ਨਹੀਂ ਹੁੰਦਾ। ਵੱਡੀ ਗੱਲ ਤਾਂ ਜਿਉਂਦਿਆਂ ਰਹਿੰਦਿਆਂ ਦੁੱਖ ਨੂੰ ਅਨੁਭਵ ਕਰਨ ਦੀ ਆ, ਉਸ ਦੁੱਖ ਤੋਂ ਸੁੱਖ ਵੱਲ ਜਾਣ ਦੀ ਆ। ਮੁਰਦਿਆਂ ਨੂੰ ਤਾਂ ਪੀੜ ਵੀ ਨਹੀਂ ਹੁੰਦੀ, ਮੁਰਦੇ ਦਰਦ ਨਾਲ ਚੀਕ ਨਹੀਂ ਮਾਰਦੇ, ਮੁਰਦੇ ਹਰਕਤ ਨਹੀਂ ਕਰਦੇ। ਸੋ ਦੁੱਖ ਤਾਂ ਜ਼ਿੰਦਗੀ ਦਾ ਅਨਿੱਖੜ ਅੰਗ ਆ। ਸ਼ਾਇਦ ਤੁਹਾਨੂੰ ਲੱਗਦਾ ਹੋਵੇ ਕਿ ਚਲੋ ਸਰੀਰਕ ਦੁੱਖ ਤਾਂ ਜ਼ਰੂਰੀ ਹਨ ਤਾਂ ਜੋ ਮਨੁੱਖ ਉਹਨਾਂ ਹਾਲਾਤਾਂ ਤੋਂ ਬਚਾਅ ਕਰ ਸਕੇ ਜਿਹੜੇ ਉਸ ਨੂੰ ਮਾਰ ਸਕਦੇ ਹਨ, ਪਰ ਮਨ ਦੇ ਦੁੱਖਾਂ ਦਾ ਕੋਈ ਕੀ ਕਰੇ। ਪਰ ਭਾਈ, ਦੁੱਖ ਤਾਂ ਸਾਡੇ ਸਾਥੀ ਹਨ, ਇਹ ਚਾਹੇ ਸਰੀਰਕ ਹੋਣ ਤੇ ਚਾਹੇ ਮਾਨਸਿਕ। ਜੇ ਮਹਾਤਮਾ ਗਾਂਧੀ ਨੂੰ ਦੱਖਣੀ ਅਫਰੀਕਾ ਵਿੱਚ ਅੰਗਰੇਜ਼ ਗੱਡੀਆਂ ਬਾਹਰ ਸੁੱਟ ਕੇ ਦੁੱਖ ਨਾ ਦਿੰਦੇ ਤਾਂ ਦੇਸ਼ ਭਾਵਾਂ ਆਜ਼ਾਦ ਹੋ ਜਾਂਦਾ, ਪਰ ਮਹਾਤਮਾ ਗਾਂਧੀ ਨੂੰ ਦੇਸ਼ ਦੀ ਅਗਵਾਈ ਕਰਨ ਅਤੇ ਨੋਟਾਂ 'ਤੇ ਫੋਟੋ ਛਪਵਾਉਣ ਦਾ ਸੁਭਾਗ ਪ੍ਰਾਪਤ ਨਹੀਂ ਹੋਣਾ ਸੀ। ਗੱਡੀ ਵਿੱਚ ਬਾਹਰ ਸੁੱਟਣ ਸਮੇਂ ਲੱਗੀ ਸੱਟ ਦਾ ਦੁੱਖ ਦਰਦ ਤਾਂ ਕੁਝ ਸਮੇਂ ਬਾਅਦ ਹਟ ਗਿਆ ਹੋਵੇਗਾ, ਪਰ ਮਾਨਸਿਕ ਸੱਟ ਨੇ ਮੋਹਨਦਾਸ ਕਰਮਚੰਦ ਨੂੰ ਰਾਸ਼ਟਰ ਪਿਤਾ ਬਣਾ ਦਿੱਤਾ। ਕੁਝ ਦੁੱਖ ਕੁਦਰਤੀ ਕਰੋਪੀ ਕਰਕੇ ਆਉਂਦੇ ਆ, ਪਰ ਤੁਸੀਂ ਭਵਿੱਖ ਵਿੱਚ ਉਹਨਾਂ ਤੋਂ ਬਚਣ ਲਈ ਅਗਾਊਂ ਪੇਸ਼ਬੰਦੀਆਂ ਕਰਦੇ ਹੋ। ਇਹ ਪੇਸ਼ਬੰਦੀਆਂ ਬੜੀਆਂ ਕਾਰਾਗਰ ਸਾਬਤ ਹੁੰਦੀਆਂ। ਜਿਹੜੇ ਜਾਨਵਰ ਦੁੱਖ ਯਾਦ ਨਹੀਂ ਰੱਖ ਸਕਦੇ ਜਾਂ ਛੇਤੀ ਭੁੱਲ ਜਾਂਦੇ ਆ,
ਉਹ ਪੇਸ਼ਬੰਦੀਆਂ ਵੀ ਨਹੀਂ ਕਰ ਸਕਦੇ। ਜਿਹੜੇ ਜਾਨਵਰ ਦੁੱਖਾਂ ਨੂੰ ਯਾਦ ਕਰਦੇ ਹਨ, ਭਵਿੱਖ ਦੇ ਦੁੱਖਾਂ ਨੂੰ ਕਿਆਸ ਕੇ ਚਿੰਤਾ ਲਗਾ ਲੈਂਦੇ ਹਨ, ਇਸੇ ਚਿੰਤਾ ਵਿੱਚੋਂ ਚਿੰਤਨ ਉਪਜਦਾ, ਜਿਸ ਨਾਲ ਵਿਉਂਤਬੰਦੀ ਸਿਰੇ ਚੜ੍ਹਦੀ ਆ ਤੇ ਜਾਨਵਰਾਂ ਵਿੱਚੋਂ ਸਰਤਾਜ ਜਾਨਵਰ ਮਾਨਵ ਦਾ ਜਨਮ ਹੁੰਦਾ ਹੈ। ਇਸੇ ਮਾਨਵ ਨੂੰ ਮਹਾਮਾਨਵ ਬਣਨ ਲਈ ਦੁੱਖਾਂ ਦੀ ਭੱਠੀ ਵਿੱਚੋਂ ਲੰਘਣਾ ਪੈਂਦਾ ਹੈ, ਜਿਵੇਂ ਲੋਹੇ ਨੂੰ ਸਟੀਲ ਬਣਨ ਲਈ ਗਰਮੀ ਦਾ ਤਾਪ ਸਹਿਣਾ ਪੈਂਦਾ ਹੈ। ਹਰ ਸੱਟ ਤੁਹਾਨੂੰ ਅਗਲੀਆਂ ਸੱਟਾਂ ਤੋਂ ਸਾਵਧਾਨ ਕਰਦੀ ਆ। ਸੱਟ ਦਾ ਜ਼ਖਮ ਤਾਂ ਠੀਕ ਹੋ ਜਾਂਦਾ ਹੈ, ਪਰ ਸੱਟ ਦੇ ਦਰਦ ਦੀ ਯਾਦ ਤੁਹਾਨੂੰ ਅਗਲੀਆਂ ਸੱਟਾਂ ਤੋਂ ਸਾਵਧਾਨ ਕਰਦੀ ਹੈ। ਹਰ ਸੱਟ, ਹਰ ਜ਼ਖਮ, ਹਰ ਦਰਦ, ਹਰ ਦੁੱਖ ਤੁਹਾਨੂੰ ਜ਼ਿਆਦਾ ਸਿਆਣਾ ਬਣਾਉਂਦਾ। ਇਹ ਤਾਂ ਤੁਹਾਨੂੰ ਭਵਿੱਖ ਦਰਸ਼ੀ ਵੀ ਬਣਾ ਦਿੰਦਾ। ਜਿਸ ਬੰਦੇ ਨੇ ਜ਼ਿਆਦਾ ਦਰਦ ਹੰਢਾਏ ਹੋਣ, ਉਹ ਦਰਦਾਂ ਨੂੰ ਪਹਿਲਾਂ ਹੀ ਅਨੁਭਵ ਕਰ ਲੈਂਦਾ, ਦੂਰ ਦੀ ਸੋਚਦਾ। ਜਾਣੇ ਅਣਜਾਣੇ ਜਿਸਨੇ ਬਿਜਲੀ ਦੀ ਨੰਗੀ ਤਾਰ ਤੋਂ ਝਟਕਾ ਖਾਧਾ ਹੋਵੇ, ਉਹ ਤਾਂ ਸਿਆਣਾ ਹੋ ਹੀ ਜਾਂਦਾ, ਉਹ ਦੂਜਿਆਂ ਨੂੰ ਵੀ ਸਿਆਣੇ ਕਰਨ ਦੇ ਰਾਹ ਪੈ ਜਾਂਦਾ। ਨੰਗੀ ਤਾਰ ਦੇ ਨੇੜੇ ਕੋਈ ਹੋਰ ਫਿਰਦਾ ਵੇਖ ਵੀ ਉਸਨੂੰ ਭਵਿੱਖ ਬਾਣੀਆਂ ਹੌੜਨ ਲੱਗ ਪੈਂਦੀਆਂ। ਕਈ ਤਾਂ ਇੰਨੇ ਸਿਆਣੇ ਹੁੰਦੇ ਹਨ ਕਿ ਦੂਜੇ ਦੀ ਸੱਟ ਨੂੰ ਮਹਿਸੂਸ ਕੇ ਹੀ ਸਿਆਣੇ ਹੋ ਜਾਂਦੇ ਆ। ਹਰ ਦਰਦ ਦੀ, ਹਰ ਦੁੱਖ ਦੀ ਸੱਟ ਅਕਲ ਉੱਤੇ ਪਏ ਪਰਦੇ ਨੂੰ ਚਾਕ ਕਰ ਦਿੰਦੀ ਹੈ। ਜੰਗਾਂ ਯੁੱਧਾਂ ਵਿੱਚ ਲੱਗੀ ਸੱਟ ਦੇ ਨਿਸ਼ਾਨ ਜੇ ਯੋਧੇ ਦੀ ਨਿਸ਼ਾਨੀ ਆ, ਕਹਿ ਦਿੰਦੇ ਹਾਂ ਕਿ ਜੰਗਾਂ ਯੁੱਧਾਂ 'ਚ ਭਾਈ ਜਦੋਂ ਸੱਟ ਲੱਗਦੀ ਆ ਯੋਧੇ ਦੀ ਨਿਸ਼ਾਨੀ ਆ, ਤਾਂ ਮਨ ਦੇ ਸ਼ੀਸ਼ੇ ਤੇ ਦਰਦ ਦੀਆਂ ਪਈਆਂ ਝਰੀਟਾਂ ਜ਼ਿੰਦਗੀ ਦੇ ਪੂਰਨੇ ਹਨ। ਇਹ ਗਿਆਨ ਦੇ 35 ਅੱਖਰ ਹਨ। ਜ਼ਿੰਦਗੀ ਦੇ ਦਰਦ ਜੋ ਚਿਹਰੇ ਤੇ ਝੁਰੜੀਆਂ ਪਾ ਦਿੰਦੇ ਆ, ਇਹ ਤਜਰਬੇ ਦੇ ਮੈਡਲ ਨੇ। ਇਹ ਲੁਕਾਉਣ ਲਈ ਨਹੀਂ, ਸਜਾਉਣ ਤੇ ਵਿਖਾਉਣ ਲਈ ਵੀ ਹੋ ਸਕਦੇ ਹਨ। ਖਲੀਲ ਜਬਰਾਨ ਅਨੁਸਾਰ ਦੁੱਖ ਸਾਡੀ ਸਮਝ ਦੇ ਖੋਲ ਦੇ ਪੋਲ ਨੂੰ ਤੋੜ ਦਿੰਦਾ ਹੈ, ਜਿਸ ਨੇ ਸਾਡੀ ਸਮਝ ਨੂੰ ਕੈਦ ਕੀਤਾ ਹੁੰਦਾ ਹੈ। ਸਿਆਣਪ ਦਾ ਭਰਿਆ ਹੋਇਆ ਜ਼ਖਮ ਹੁੰਦਾ ਹੈ ਅਤੇ ਸਮਾਂ ਹਰ ਜ਼ਖਮ ਨੂੰ ਭਰ ਦਿੰਦਾ ਹੈ। ਜੇ ਤੁਸੀਂ ਕਿਸੇ ਸਰੀਰਕ ਜਾਂ ਮਾਨਸਿਕ ਝਟਕੇ ਨਾਲ ਮਰ ਗਏ ਤਾਂ ਮਰ ਗਏ, ਜੇ ਬਚ ਗਏ ਤਾਂ ਸਮਝੋ ਦੁੱਖਾਂ ਦੀ ਉਮਰ ਥੋੜ੍ਹੀ ਹੀ ਹੈ। ਕੁਝ ਨਵਾਂ ਸਿਰਜਣ ਲਈ ਦਰਦਾਂ ਦੀ ਜ਼ਰੂਰਤ ਪੈਂਦੀ ਆ। ਜੇ ਦਰਦ ਨਾ ਹੋਵੇ ਤਾਂ ਬੰਦੇ ਦਾ ਜਨਮ ਹੀ ਨਹੀਂ ਹੁੰਦਾ। ਦਰਦ ਦੀ ਕੁੱਖੋਂ ਹੀ ਕੁਝ ਨਵਾਂ ਜਨਮਦਾ ਹੈ। ਦੁੱਖ ਦੀ ਇੱਕ ਹੋਰ ਖੂਬਸੂਰਤੀ ਹੈ ਕਿ ਤੁਹਾਨੂੰ ਯਾਦ ਕਰਵਾਉਂਦਾ ਹੈ ਕਿ ਮੇਰੇ ਤੋਂ ਪਹਿਲਾਂ ਭਾਈ ਤੁਸੀਂ ਕਿੰਨੇ ਸੁਖੀ ਸੀ, ਤੁਹਾਨੂੰ ਕਦੇ ਇਸ ਦਾ ਅਹਿਸਾਸ ਹੀ ਨਹੀਂ ਸੀ। ਦੁੱਖ ਇੱਕ ਆਸ ਜਗਾਉਂਦਿਆਂ ਧਰਵਾਸ ਬਣਾਉਂਦਾ ਹੈ ਕਿ ਜਦੋਂ ਮੈਂ ਨਾ ਹੋਇਆ ਤੁਸੀਂ ਕਿੰਨੇ ਸੁਖੀ ਹੋਵੋਗੇ। ਹਰ ਦੁੱਖ ਦੀ ਘੜੀ ਇਹ ਭਾਵ ਹਰ ਮਨੁੱਖ ਦੇ ਮਨ ਵਿੱਚ ਆਉਂਦੇ ਆ, ਪਰ ਦੁੱਖ ਦੇ ਜਾਇਆਂ ਹੀ, ਸੁੱਖ ਦੇ ਪਰਤਦਿਆਂ ਹੀ ਇਹ ਸਿਆਣਪ ਭਰੀ ਭਾਵਨਾ ਵੀ ਗਾਇਬ ਹੋ ਜਾਂਦੀ ਹੈ। ਜਿਨ੍ਹਾਂ ਕੋਲ ਹਾਜ਼ਰ ਰਹਿੰਦੀ ਆ ਉਹ ਬੁੱਧ ਹੋ ਜਾਂਦੇ ਆ। ਜਦੋਂ ਕੋਈ ਪਿਆਰਾ ਤੁਹਾਨੂੰ ਛੱਡ ਜਾਂਦਾ ਹੈ, ਪਿਆਰੀ ਵਸਤ ਗੁਆਚ ਜਾਂਦੀ ਆ, ਤਾਂ ਤੁਹਾਨੂੰ ਦੁੱਖ ਲੱਗਦਾ ਹੈ। ਇਹ ਦੁੱਖ ਮਾਨਸਿਕ ਵੀ ਆ, ਕਈ ਤਾਂ ਇਸ ਮਾਨਸਿਕ ਦੁੱਖ ਪਿੱਛੇ ਵੀ ਸਰੀਰਕ ਸੁੱਖ ਖੁੱਸਣ ਦੀ ਜੜ ਲੱਭਦੇ ਫਿਰਦੇ ਆ। ਉਹ ਤੁਸੀਂ ਪਿਆਰੇ ਨੂੰ ਨਹੀਂ, ਪਿਆਰੇ ਦੇ ਕੰਮਾਂ ਨੂੰ ਯਾਦ ਕਰਦੇ ਆ। ਪਰ ਇਹ ਦੁੱਖ ਵੀ ਕਿਹੋ ਜਿਹਾ ਹੈ ਜੋ ਹੁੰਦਿਆਂ ਯਾਦ ਰਹਿੰਦਾ ਹੈ ਤੇ ਜਾਂਦਿਆਂ ਹੀ ਭੁੱਲ ਜਾਂਦਾ ਹੈ।
ਦੁੱਖ ਭੁੱਲੇ ਰਹਿਣ, ਇਹ ਜ਼ਿੰਦਗੀ ਦੀ ਆਸ ਹੈ। ਜਦੋਂ ਤੁਸੀਂ ਕਿਸੇ ਭੈਣ ਭਰਾ ਦੇ ਵਿਆਹ ਸਮੇਂ ਗੀਤਾਂ ਦਾ ਸ਼ਗਨ ਲੈ ਕੇ ਜਾਂਦੇ ਹੋ ਤਾਂ ਤਲੀਆਂ ਤੇ ਪਿਆਰ ਦੀ ਸੂਹੀ ਮਹਿੰਦੀ ਦੀ ਆਸ ਕਰਦੇ ਹਾਂ, ਤੇ ਅੱਗੋਂ ਤੁਹਾਨੂੰ ਜੇ ਕੌੜੇ ਵਚਨਾਂ ਦਾ ਧੂੰਆਂ ਅਤੇ ਮਹਿੰਦੀ ਲਈ ਅੱਡੀਆਂ ਤਲੀਆਂ ਤੇ ਤੱਤਾ ਚਿਮਟਾ ਲੱਗ ਜਾਵੇ ਤਾਂ ਤੁਸੀਂ ਦਰਦ ਨਾਲ ਕਰਾਹ ਉੱਠਦੇ ਹੋ, ਪਰ ਨਾਲ ਹੀ ਜਾਣ ਜਾਂਦੇ ਹੋ ਸੱਭੇ ਸਾਕ ਕੜਾਵੇ। ਇਹ ਗਿਆਨ ਇੰਨਾ ਸੱਚਾ ਤੇ ਇੰਨਾ ਵਡਮੁੱਲਾ ਹੁੰਦਾ ਹੈ ਕਿ ਤੁਸੀਂ ਇਕੱਲਿਆਂ ਹੀ ਜੀਵਨ ਜੀਣਾ ਸਿੱਖ ਲੈਂਦੇ ਹੋ, ਤੇ ਇਸ ਤੋਂ ਵੱਡੀ ਕੀ ਦਾਤ ਹੋ ਸਕਦੀ ਹੈ। ਤੁਸੀਂ ਕਿਸੇ ਦੀ ਆਸ ਤਕਾਉਣੀ ਛੱਡਦੇ ਹੋ। ਦੁੱਖ ਕੋਈ ਹੋਰ ਦੇਵੇ ਤਾਂ ਭਰਪਾਈ ਹੋ ਸਕਦੀ ਹੈ, ਪਰ ਜੇ ਦੁੱਖ ਸ਼ਬਦ ਦਿੰਦਾ ਹੈ ਉਸਦੀ ਭਰਪਾਈ ਨਹੀਂ ਹੋ ਸਕਦੀ। ਜਦੋਂ ਤੁਸੀਂ ਹਉਮੈ ਗ੍ਰਸੇ ਆਪਣੇ ਸ਼ਬਦਾਂ ਦੇ ਤੀਰਾਂ ਨਾਲ ਕਿਸੇ ਨੂੰ ਜ਼ਖਮੀ ਕਰਦੇ ਹੋ ਤਾਂ ਉਹ ਦੁਖੀ ਹੋ ਕੇ ਦੂਰ ਚਲਿਆ ਜਾਂਦਾ ਹੈ। ਉਸਦੇ ਦੂਰ ਜਾਂਦਿਆਂ ਹੀ ਤੁਸੀਂ ਵੀ ਦੁਖੀ ਹੋ ਜਾਂਦੇ ਹੋ, ਤੇ ਕਈ ਵਾਰ ਇਹ ਵੀ ਸੋਚਦੇ ਹੋ ਕਿ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ, ਇਸਨੇ ਤਾਂ ਮੁੜ ਕੇ ਨਹੀਂ ਆਉਣਾ। ਸੋ ਕਿਸੇ ਹੋਰ ਨਾਲ ਅਜਿਹਾ ਨਹੀਂ ਕਰਨਾ। ਇਸੇ ਲਈ ਲੋਕ ਵੇਦ ਵਿੱਚ ਆਉਂਦਾ ਹੈ ਕਿ ਮਰਿਆ ਨਾਲ ਕਾਹਦਾ ਗੁੱਸਾ। ਜੇ ਤੁਹਾਨੂੰ ਸਰੀਰਕ ਦਰਦ ਨਾ ਹੋਵੇ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਸੀ ਕਦੋਂ ਦਾ ਪੈਰ ਸੜ ਜਾਣਾ ਸੀ, ਕਦੇ ਅੰਗੂਠਾ ਵੱਢਿਆ ਜਾਣਾ ਸੀ, ਕੰਡਾ ਚੁੱਭ ਕੇ ਫਟੀ ਹੋਈ ਨਾੜ ਵਿੱਚੋਂ ਖੂਨ ਵਹਿ ਜਾਣਾ ਸੀ। ਇੰਜ ਹੀ ਜੇ ਮਾਨਸਿਕ ਦਰਦ ਹੀ ਨਾ ਹੁੰਦਾ ਤਾਂ ਪਤਾ ਹੀ ਨਹੀਂ ਚੱਲਣਾ ਸੀ ਕਿ ਕਦੋਂ ਵੱਡਾ ਤੇ ਆਖਰੀ ਧੋਖਾ ਖਾ ਬੈਠਣਾ ਸੀ। ਨਿੱਕੇ ਨਿੱਕੇ ਧੋਖੇ ਨਿੱਕੇ ਨਿੱਕੇ ਟੋਇਆਂ ਵਰਗੇ ਹੁੰਦੇ ਆ ਜਦੋਂ ਜੋ ਅੱਗੇ ਆਉਣ ਵਾਲੀ ਵੱਡੀ ਖੱਡ ਤੋਂ ਸੁਚੇਤ ਕਰਦੇ ਆ। ਕੱਚੇ ਪਿਆਰ ਦੀ ਤੰਦ ਦਾ ਟੁੱਟਣਾ ਪੱਕੇ ਪਿਆਰ ਦਾ ਰਾਹ ਦੱਸਦਾ ਹੈ। ਪੱਕੇ ਪਿਆਰ ਦਾ ਕੱਚ ਵਾਂਗ ਟੁੱਟ ਜਾਣਾ ਸੱਚੇ ਸੁੱਚੇ ਪਿਆਰ ਦੀ ਇਮਾਰਤ ਦੀ ਨੀਂਹ ਮਜ਼ਬੂਤ ਕਰਦਾ ਹੈ। ਉਸੇ ਲਈ ਸਾਨੂੰ ਇਹ ਸਿਆਣਪ ਦਿੰਦਾ ਹੈ। ਬੱਚੇ ਪੈਦਾ ਕਰਨ ਦਾ ਦਰਦ ਅਤੇ ਪਾਲਣ ਦੀ ਮਿਹਨਤ ਨਾਲ ਦੁੱਖ ਨਹੀਂ ਸੁੱਖ ਬਣਦਾ ਹੈ। ਸੋ ਦੁੱਖ ਹੀ ਸੁੱਖਾਂ ਦਾ ਅਹਿਸਾਸ ਕਰਾਉਂਦੇ ਹਨ। ਦੁੱਖ ਰਿਸ਼ਤਿਆਂ ਦਾ ਲਿਟਮਸ ਟੈਸਟ ਹਨ। ਦੁੱਖ ਸਮੇਂ ਹੀ ਪਿਆਰ ਦੀ ਪਰਖ ਹੁੰਦੀ ਹੈ। ਅਸਲ ਵਿੱਚ ਪਿਆਰ ਹੀ ਦੁੱਖ ਸਮੇਂ ਬਚਦਾ ਹੈ। ਜੇ ਕੁਝ ਦੁੱਖ ਸਮੇਂ ਬਾਕੀ ਬਚਦਾ ਹੈ, ਜੋ ਕੁਝ ਵੀ ਦੁੱਖ ਸਮੇਂ ਬਚਦਾ ਹੈ ਉਹ ਪਿਆਰ ਹੈ, ਬਾਕੀ ਸਭ ਵਪਾਰ ਹੈ। ਇਹ ਪਿਆਰ ਸ਼ਹਿਦ ਦੀ ਛੱਲੀ ਵਾਂਗ ਮਿੱਠਾ ਵੀ ਬਹੁਤ ਹੁੰਦਾ ਹੈ। ਆਧੁਨਿਕ ਮਨੁੱਖ ਕੁਦਰਤ ਤੋਂ ਦੂਰ ਹੋ ਗਿਆ, ਜਿਸ ਵਿੱਚ ਦੁੱਖ ਸੁੱਖ ਧੁੱਪ ਛਾਂ ਵਾਂਗ ਨਹੀਂ ਜੋੜੇ ਭਰਾ ਵਾਂਗ ਨਾਲੋ ਨਾਲ ਰਹਿੰਦੇ ਹਨ। ਆਧੁਨਿਕ ਮਨੁੱਖ ਜੰਮਦਾ ਹੀ ਸੁੱਖ ਸਹੂਲਤਾਂ ਵਿੱਚ ਆ, ਜੋ ਸਾਡੇ ਬਜ਼ੁਰਗਾਂ ਨੇ ਬੜੇ ਔਖੇ ਦੁੱਖ ਉਠਾ ਕੇ ਮਿਹਨਤ ਨਾਲ ਪੈਦਾ ਕੀਤੇ ਹਨ। ਜਿਨ੍ਹਾਂ ਸੁੱਖਾਂ ਵਿੱਚ ਬੰਦਾ ਪੈਦਾ ਹੁੰਦਾ ਹੈ ਉਹ ਉਸਨੂੰ ਕੁਦਰਤੀ ਲੱਗਣ ਲੱਗ ਪੈਂਦੇ ਆ, ਜਦੋਂ ਕਿ ਵੱਡੇ ਵਡੇਰਿਆਂ ਨੇ ਬੜੀ ਮੁਸ਼ਕਲ ਨਾਲੇ ਪੈਦਾ ਕੀਤੇ ਆ। ਜਦੋਂ ਬਿਜਲੀ ਹੋਵੇ ਤਾਂ ਸਾਨੂੰ ਰੋਸ਼ਨੀ ਦੇ ਸੁੱਖਾਂ ਦਾ ਪਤਾ ਹੀ ਨਹੀਂ ਚੱਲਦਾ, ਨਾ ਏਸੀ ਦੀ ਠੰਡਕ ਦਾ ਅਹਿਸਾਸ ਹੁੰਦਾ, ਨਾ ਹੀਟਰ ਦੀ ਗਰਮੀ ਦਾ ਪਤਾ ਲੱਗਦਾ। ਤੇ ਜਦੋਂ ਬਿਜਲੀ ਜਾਂਦੀ ਆ, ਐਲੀਵੇਟਰ ਖੜ ਜਾਂਦਾ, ਉਦੋਂ ਐਲੀਵੇਟਰ ਦੀ ਮੌਜ ਦਾ ਪਤਾ ਚੱਲਦਾ। ਬਿਜਲੀ ਦੇ ਜਾਂਦਿਆਂ ਹੀ ਹਨੇਰੇ ਦਾ ਦੁੱਖ ਸ਼ੁਰੂ ਹੁੰਦਾ ਹੈ, ਪੈਰ ਪੈਰ ਤੇ ਠੇਡੇ ਅੜਕਣਾ। ਗਰਮੀ ਵਿੱਚ ਏਸੀ ਬੰਦ ਹੁੰਦਿਆਂ ਹੀ ਜਾਨ ਨਿਕਲਦੀ ਆ। ਕਦੇ ਬਿਜਲੀ ਤੇ ਬਿਜਲੀ ਨਾਲ ਚੱਲਣ ਵਾਲੀਆਂ ਚੀਜ਼ਾਂ ਸਾਡੇ ਕੋਲ ਨਹੀਂ ਸੀ। ਇਹੋ ਜਿਹੀਆਂ ਕਾਢਾਂ ਕੱਢਣ ਵਾਲੇ ਕਾਢੂਆਂ ਨੂੰ ਸਲਾਮ।
ਇਹਨਾਂ ਚੀਜ਼ਾਂ ਨੂੰ ਬਣਾਉਣ ਚਲਾਉਣ ਵਾਲੇ ਕਿਰਤੀ ਹੱਥਾਂ ਦੇ ਪਿੱਛੇ ਸਰੀਰਾਂ ਦੇ ਦੁੱਖ ਸਾਨੂੰ ਸਮਝ ਨਹੀਂ ਆਉਂਦੇ। ਜੇ ਸਮਝਣੇ ਆ ਤਾਂ ਇੰਨਾ ਸਮਝ ਲਓ ਕਿ ਮੇਰੀ ਕਿਊਰੀ ਵਰਗਿਆਂ ਨੇ ਆਪਣੇ ਆਪ ਨੂੰ, ਮੈਡਮ ਕਿਊਰੀ ਵਰਗਿਆਂ ਨੇ ਆਪਣੇ ਆਪ ਨੂੰ ਕੈਂਸਰ ਕਰਵਾ ਲਏ, ਦੁੱਖ ਚੱਲੇ। ਕਾਹਦੇ ਲਈ? ਐਟਮ ਨੂੰ ਜਾਣਨ ਲਈ, ਯੂਰੇਨੀਅਮ ਨੂੰ ਜਾਣਨ ਲਈ। ਲੋਕਡਾਊਨ ਜਾਂ ਕਰਫਿਊ ਸਮੇਂ ਪਤਾ ਚੱਲਦਾ ਕਿ ਆਜ਼ਾਦੀ ਕੀ ਚੀਜ਼ ਆ। ਬਹੁਤ ਨੇੜੇ ਦੇ ਅੰਗਾਂ ਸਾਕਾਂ ਵੱਲੋਂ ਦਿੱਤਾ ਦਰਦ ਤਾਂ ਸੱਚੇ ਪਿਆਰਿਆਂ ਨਾਲ ਪਿਆਰ ਵਧਾ ਦਿੰਦਾ ਹੈ, ਕਿਉਂਕਿ ਝੂਠੇ ਰਿਸ਼ਤੇ ਦਰਦ ਦੀ ਅੱਗ ਵਿੱਚ ਸੜ ਜਾਂਦੇ ਹਨ। ਪੈਸਿਆਂ ਦੀ ਠੱਗੀ, ਜ਼ਮੀਨਾਂ ਦਾ ਖੁੱਸਣਾ, ਵਿਸ਼ਵਾਸ ਦਾ ਟੁੱਟਣਾ, ਇਲਜ਼ਾਮਾਂ ਦਾ ਲੱਗਣਾ ਤਾਂ ਬਹੁਤ ਛੋਟਾ ਹੁੰਦਾ ਹੈ। ਸਭ ਤੋਂ ਵੱਧ ਔਖਾ ਕਰਦਾ ਹੈ ਤੁਹਾਨੂੰ ਬਣਦੇ ਮਾਣ ਤਾਣ ਤੋਂ ਦੂਰ ਰੱਖਣਾ ਅਤੇ ਅਣਦੇਖਿਆ ਕਰਨਾ, ਤੁਹਾਡੀ ਹੋਂਦ ਨੂੰ ਰੱਜਣਾ, ਪਰ ਇਹੀ ਕੁਝ ਤੁਹਾਨੂੰ ਫੌਲਾਦ ਬਣਾ ਦਿੰਦਾ ਹੈ। ਤੁਸੀਂ ਚੁਣੌਤੀ ਦੇ ਜੋਸ਼ ਨਾਲ ਪੈਸਾ ਕਮਾ ਲੈਂਦੇ ਹੋ, ਜੋਸ਼ ਵਿੱਚ ਜ਼ਮੀਨਾਂ ਹਾਸਲ ਕਰ ਲੈਂਦੇ ਹੋ, ਇਲਜ਼ਾਮ ਧੁੱਲ ਜਾਂਦੇ ਹਨ, ਤੁਹਾਡੀ ਰੂਹ 'ਤੇ ਲੱਗੇ ਜ਼ਖਮ ਤੁਹਾਡੀ ਹੋਂਦ ਦਾ ਅਹਿਸਾਸ ਕਰਾਉਂਦੇ ਰਹਿੰਦੇ ਆ। ਇਹ ਹੋਂਦ ਫਿਰ ਬੀਜ ਵਾਂਗ ਫੁੱਟਦੀ ਆ, ਵੇਲ ਵਾਂਗ ਵੱਧਦੀ ਆ, ਬ੍ਰਿਸ਼ ਵਾਂਗ ਫੈਲਦੀ ਆ। ਇੱਕ ਕੂੜੇ ਰਿਸ਼ਤੇ ਦਾ ਟੁੱਟਣਾ ਬਾਕੀ ਕੂੜੇ ਰਿਸ਼ਤਿਆਂ ਦੀ ਵੀ ਪਛਾਣ ਕਰਾ ਦਿੰਦਾ ਹੈ, ਜਿਵੇਂ ਦਾਲ ਦਾ ਦਾਣਾ ਸਾਰੀ ਦੇਗ ਦੀ ਹਾਲਤ ਦੱਸ ਦਿੰਦਾ ਹੈ। ਮਾਪਿਆਂ ਦੀ ਤਾਂ ਜੀਵ ਵਿਗਿਆਨਕ ਪ੍ਰਵਿਰਤੀ ਹੁੰਦੀ ਆ ਕਿ ਉਹ ਬੱਚਿਆਂ ਨੂੰ ਪਾਲਣ, ਪਰ ਬੱਚੇ ਵੀ ਮਾਪਿਆਂ ਨੂੰ ਪਾਲਣ। ਇਹ ਸਨੇਹ ਆ, ਭੈਣਾਂ ਭਾਈਆਂ ਵਿੱਚ ਮੋਹ ਅਤੇ ਸ਼ਰੀਕਾਂ ਨਾਲੋਂ ਨਾਲ, ਪਰ ਜੇ ਰਿਸ਼ਤਿਆਂ ਦੀ ਤੱਕੜੀ ਦਾ ਪਲੜਾ ਸ਼ਰੀਕੇਬਾਜ਼ੀ ਵੱਲ ਝੁੱਕ ਜਾਵੇ ਤਾਂ ਇਹ ਦਰਦ ਹੈ। ਪਤੀ ਪਤਨੀ ਪਹਿਲਾਂ ਅਣਜਾਣ ਹੁੰਦੇ ਹਨ, ਬੱਚਿਆਂ ਦੇ ਬਾਲਗ ਹੋਣ ਤੱਕ ਪ੍ਰਵਿਰਤੀ ਹੁੰਦੀ ਹੈ, ਬਾਅਦ ਵਿੱਚ ਜੇ ਮਜਬੂਰੀ ਹੈ ਤਾਂ ਦਰਦ ਹੈ, ਸਮਝੌਤਾ ਹੈ ਤਾਂ ਵਿਵਹਾਰਕਤਾ ਹੈ, ਆਦਤ ਹੈ ਤਾਂ ਠੀਕ ਹੈ, ਪਰ ਜੇ ਸਨੇਹ ਹੈ ਤਾਂ ਜ਼ਿੰਦਗੀ ਪਰਮਾਨੰਦ ਹੈ। ਰਿਸ਼ਤਿਆਂ ਦਾ ਦਰਦ ਰਿਸ਼ਤਿਆਂ ਦੀ ਵਿਆਕਰਨ ਨਹੀਂ ਸਮਝਾਉਂਦਾ, ਸਗੋਂ ਤੁਹਾਨੂੰ ਆਪਣੇ ਆਪ ਨਾਲ ਜੋੜਦਾ ਹੈ। ਇਹ ਸਵੇ ਦਾ ਸਵੇ ਲਈ ਅਨੁਵਾਦ ਹੈ। ਜਦੋਂ ਤੁਸੀਂ ਆਪਣੇ ਆਪ ਨਾਲ ਜੁੜਦੇ ਹੋ ਤਾਂ ਸਭ ਜੱਗ ਵਿਅਰਥ ਹੋ ਜਾਂਦਾ ਹੈ, ਬਸ ਇਹੀ ਮੋਕਸ਼ ਹੈ। ਸੋ ਦਰਦ ਤਾਂ ਮੁਕਤੀ ਦਾ ਦੁਆਰ ਹੈ, ਸੁੱਖ ਦਾ ਬੰਧਨ ਹੈ। ਇਸ ਦਾ ਇਹ ਅਰਥ ਵੀ ਨਹੀਂ ਕਿ ਦਰਦ ਨੂੰ ਬੁਲਾਵਾ ਭੇਜਿਆ ਜਾਵੇ ਕਿ ਆ ਦਰਦ ਦੇ ਬੈਲ ਬੁਝੇ ਮਾਰ, ਪਰ ਬਸ ਜੇ ਆ ਜਾਵੇ ਤਾਂ ਭਾਣਾ ਮਿੱਠਾ ਕਰਕੇ ਮੰਨੋ, ਭਾਵ ਦੁੱਖ ਸੁੱਖ ਨੂੰ ਸਮ ਕਰਕੇ ਜਾਣੋ। ਇਹੀ ਬ੍ਰਹਮ ਗਿਆਨ ਹੈ, ਇਹੀ ਜ਼ਿੰਦਗੀ ਹੈ। ਇਹ ਜਾਣ ਜਾਓਗੇ ਤਾਂ ਦੁੱਖ ਦੂਰ ਹੋ ਜਾਣਗੇ।